ਸਾਡਾ ਜਿਹੜਾ ਮਾਪੇ ਵਿਖੇ ਮਾਲਵਾ ਡੋਗ ਕੈਨਲ ਵੱਲੋਂ ਕਲੱਬ ਵੱਲੋਂ ਜਿਹੜਾ ਆਏ ਸਾਲ ਜਿਹੜਾ ਡੋਗ ਸ਼ੋਅ ਕਰਾਇਆ ਜਾਂਦਾ, ਇੱਥੇ ਪਹੁੰਚਿਆ ਔਰ ਬੜੇ ਦੂਰੋਂ ਦੂਰੋਂ ਜਿਹੜੇ ਲੋਕ ਉਰੇ ਆਏ ਹੋਏ ਨੇ, ਸੋ ਸ਼ੌਕ ਨੇ ਲੋਕਾਂ ਦੇ ਚੰਗੇ ਤਰੀਕੇ ਨਾਲ ਉਹਨੂੰ ਪਾਲ ਕੇ ਆਪਣੇ ਜਿਹੜਾ ਬੱਚਿਆਂ ਵਾਂਗੂ ਪਾਲ ਕੇ ਉਰੇ ਲੈ ਕੇ ਆਏ ਨੇ। ਇਹ ਵੀ ਇੱਕ ਜਿਹੜਾ ਹੈਗਾ ਅੱਗੇ ਵਧਣ ਦਾ ਸੋਰਸ ਹੈ, ਕਿ ਬਹੁਤ ਸਾਰੇ ਲੋਕ ਨੇ ਜਿਹੜੇ ਇਹਨੂੰ ਵਪਾਰ ਦੇ ਤੌਰ 'ਤੇ ਚਲਾ ਰਹੇ ਨੇ। ਸੋ ਪ੍ਰਬੰਧਕਾਂ ਵੱਲੋਂ ਬਹੁਤ ਸੋਹਣਾ ਉਪਰਾਲਾ ਜਿਹੜਾ ਕੀਤਾ ਗਿਆ ਆਮ ਲੋਕਾਂ ਦੇ ਵਾਸਤੇ ਅੱਗੇ ਵਧਣ ਦਾ, ਜਿੱਥੇ ਜ਼ਰੀਆ ਉੱਥੇ ਕਿਸੇ ਨੇ ਕੋਈ ਜੇ ਕੋਈ ਖਰੀਦਣਾ ਹੋਵੇ ਜਿਹੜਾ ਪੈਟ ਹੈ ਜਾਂ ਉਹ ਖਰੀਦ ਸਕਦਾ। ਇਸ ਤਰ੍ਹਾਂ ਦੇਖਦੇ ਜਿਹੜੇ ਪੰਜ ਜ਼ਿਲ੍ਹਿਆਂ 'ਚ ਡੇਂਗੂ ਦਾ ਕਹਿਰ ਲਗਾਤਾਰ ਜਾਰੀ ਆ, ਕਿਵੇਂ ਮਤਲਬ ਇਹਨੂੰ ਸੁਲਝਾਇਆ ਜਾ ਸਕਦਾ, ਨੱਥ ਪਾਈ ਜਾ ਸਕਦੀ? ਪਿਛਲੇ ਸਾਲ ਦੇ ਅਕੋਰਡਿੰਗ ਅਸੀਂ ਬਹੁਤ ਕੰਟਰੋਲ ਕੀਤਾ ਹੋਇਆ, ਕੱਲ੍ਹ ਵੀ ਸਾਡੀ ਕੌਨ ਕਾਲ ਹੋਈ ਸੀ ਔਰ ਹਰ ਇੱਕ ਚੀਜ਼ ਦਾ ਅਪਡੇਟ ਮਿੰਟ ਮਿੰਟ ਬਾਅਦ ਅਪਡੇਟ ਆ ਰਿਹਾ। ਤੁਸੀਂ ਦੇਖੋ ਜੇ ਮੈਂ ਤੁਹਾਨੂੰ ਦਿਖਾਵਾਂ, ਸਾਰੇ ਪੰਜਾਬ ਦੇ ਵਿੱਚ ਸਾਡੀਆਂ ਜਿਹੜੀਆਂ ਟੀਮਾਂ ਨੇ ਉਹ ਪ੍ਰੋਪਰ ਲੱਗੀਆਂ ਹੋਈਆਂ ਨੇ ਔਰ ਪੂਰੀ ਸ਼ਿੱਦਤ ਨਾਲ ਜਿਹੜਾ ਕੰਮ ਹੈ ਉਹ ਕਰਨ 'ਤੇ ਲੱਗੇ ਹੋਏ ਨੇ। ਜਿਹੜੇ ਸਿਹਤ ਨਾਲ ਸੰਬੰਧਿਤ ਜਿੰਨੇ ਮੁਲਾਜ਼ਮ ਨੇ ਇਮਾਨਦਾਰੀ ਨਾਲ ਜਿਹੜਾ ਇਸ 'ਤੇ ਕੰਟਰੋਲ ਕਰਨ ਵਾਸਤੇ ਜਿਹੜਾ ਆਪਣਾ ਤਨੋ ਮਨੋ ਪੂਰਾ, ਆ ਦੇਖੋ ਤੁਸੀਂ ਆ ਸਾਰੀਆਂ ਟੀਮਾਂ ਜਿਹੜੀਆਂ ਦੇਖੋ ਹਰ ਘਰ ਘਰ ਜਾ ਕੇ ਪੂਰਾ ਆਪਣੇ ਵੱਲੋਂ ਪੂਰਾ ਜ਼ੋਰ ਲਾ ਕੇ ਜਿਹੜਾ ਲੱਗੇ ਹੋਏ ਨੇ। ਸਾਰਾ ਜਿੱਥੇ ਵੀ ਇਹਨਾਂ ਨੂੰ ਲੱਗਦਾ ਕੋਈ ਕਿਤੇ ਕੋਈ ਹੋ ਸਕਦਾ ਤਾਂ ਸਾਰਾ ਪੂਰਾ ਜ਼ੋਰ ਲਾ ਕੇ ਉਹਨਾਂ ਨੇ ਪੂਰਾ ਕਰ ਰਿਹਾ। ਕਿਉਂ ਸੀਐਮ ਸਾਹਿਬ ਦਾ ਵੀ ਇਹੀ ਕਹਿਣਾ ਕਿ ਪੰਜਾਬ ਨੂੰ ਅਸੀਂ ਡੇਂਗੂ ਨਾਲ ਕੋਈ ਵੀ ਨੁਕਸਾਨ ਨਹੀਂ ਹੋਣ ਦੇਣਾ। ਸਾਡੀ ਵੀ ਕੋਸ਼ਿਸ਼ ਹੈ, ਸਾਡੇ ਜਿੰਨੇ ਵੀ ਅਫਸਰ ਸਾਹਿਬਾਨ ਨੇ ਡਾਕਟਰ ਸਾਹਿਬਾਨ ਨੇ ਉਹ ਇਮਾਨਦਾਰੀ ਨਾਲ ਲੱਗੇ ਹੋਏ ਨੇ। ਸਾਡੀ ਕੋਸ਼ਿਸ਼ ਹੈ ਵੀ ਅਸੀਂ ਸਾਡੀ ਇਹ ਕੰਟਰੋਲ 'ਚ ਹੈ ਸਾਰਾ ਕੁਛ, ਕੋਈ ਇਹੋ ਜਿਹੀ ਗੱਲ ਨਹੀਂ, ਕਿਉਂਕਿ ਹੁਣ ਤੱਕ 38,000 ਦੇ ਕਰੀਬ ਜਿਹੜੇ ਹੈਗਾ ਟੈਸਟ ਹੋਏ ਨੇ ਜਿਹੜੇ 1 ਜਨਵਰੀ ਤੋਂ ਲੈ ਕੇ, ਉਹਦੇ ਵਿੱਚ 5,000 ਦੇ ਆਸ ਪਾਸ ਜਿਹੜੇ ਆਈਡੈਂਟੀਫਾਈ ਹੋਏ ਨੇ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਕੰਟਰੋਲ ਦੇ ਵਿੱਚ। ਦੇਖੋ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ, ਸਰਕਾਰ ਵੱਲੋਂ ਤਾਂ ਹਰ ਇੱਕ ਹਲਕੇ ਵਾਈਜ਼ 4 ਜਿਹੜੇ ਹੈਗੇ ਆ ਸੁਪਰ ਜਿਹੜੇ ਸੀਡਰ ਨੇ ਇਹ ਵੀ ਦਿੱਤੇ ਗਏ ਨੇ, ਤਾਂ ਕਿ ਲੋਕ ਜਿਹੜੇ ਪੈਸੇ ਨਹੀਂ ਲਾ ਸਕਦੇ ਉਹ ਇਸ ਸਾਂਝੀ ਨੂੰ ਜਾਂ ਕਿਸੇ ਸੁਸਾਇਟੀ ਨੂੰ ਜਾਂ ਪਿੰਡਾਂ ਨੂੰ ਸਾਂਝਾ ਕਰਕੇ ਆਪਣਾ ਕੰਮ ਹੈ ਚਲਾ ਸਕਦੇ ਨੇ। ਸਰਕਾਰ ਵੱਲੋਂ ਚੰਗੇ ਉਪਰਾਲੇ ਕੀਤੇ ਜਾ ਰਹੇ ਨੇ, ਪਰ ਸਾਨੂੰ ਵੀ ਸਾਰਿਆਂ ਨੂੰ ਸਮਝਣਾ ਚਾਹੀਦਾ ਜੇ ਕੋਈ ਇਹ ਧੂੰਆਂ ਉੱਠ ਰਿਹਾ ਇਹਦੇ ਨਾਲ ਸਾਡੇ ਵੀ ਬੱਚੇ ਪਰੇਸ਼ਾਨ ਨੇ, ਅਸੀਂ ਵੀ ਪਰੇਸ਼ਾਨ, ਸਾਰੀ ਪਰੇਸ਼ਾਨ ਹੈ। ਸੋ ਸਾਨੂੰ ਇਸ ਪਾਸੋਂ ਤਾਂ ਆਪਣੇ ਆਪ ਨੂੰ ਕੱਢਣਾ ਪੈਣਾ ਹੀ ਪੈਣਾ ਹੈ ਕਿ ਆਪਾਂ ਇਹ ਨਾ ਸਰਕਾਰ 'ਤੇ ਨਾ ਦੋਸ਼ ਮੜੀਏ ਵੀ ਸਰਕਾਰ ਜਾਣੇ, ਸਰਕਾਰ ਆਪਦੇ ਵੱਲੋਂ ਚੰਗਾ ਉਪਰਾਲਾ ਕਰੇ ਰਹੀ ਹੈ, ਪਰ ਸਾਨੂੰ ਵੀ ਥੋੜ੍ਹਾ ਇਸ ਪਾਸੇ ਜਾਣਾ ਚਾਹੀਦਾ। ਇਹ ਜਿਹੜਾ ਧੂੰਆਂ ਜਿਹੜਾ ਹੈਗਾ ਹੁਣ ਸਾਰੇ ਤੁਸੀਂ ਦੇਖੋ ਜਿੱਧਰ ਜਾਓ ਉੱਧਰ ਧੂੰਆਂ ਹੀ ਧੂੰਆਂ ਚੱਲ ਰਿਹਾ, ਇਹਦੇ ਨਾਲ ਜਿਹੜੇ ਸਾਹ ਜਾਂ ਹੋਰ ਕਈ ਜਾਂ ਕਿਡਨੀ ਜਾਂ ਹੋਰ ਉਹਨਾਂ ਤੋਂ ਪੀੜਿਤ ਨੇ ਉਹਨਾਂ ਦਾ ਨਿਕਲਣਾ ਜਿਹੜਾ ਦੁਸ਼ਵਾਰ ਹੋਇਆ। ਕਿਸਾਨਾਂ ਨੇ ਧਰਨਾ ਲਗਾਇਆ ਸੀ, ਉੱਥੇ ਮੰਗ ਜਿਹੜੀ ਸੀਗੀ ਪਰਾਲੀ ਦੇ ਜਿਹੜੇ ਪਰਚੇ ਕੈਂਸਲ ਕੀਤੇ, ਕਿਤੇ ਨਾ ਕਿਤੇ ਉਹਨਾਂ ਨੂੰ ਜਾਗਰੂਕ ਹੋਣਾ ਚਾਹੀਦਾ ਵੀ ਇਹ ਇਹੋ ਜਿਹੀ ਚੀਜ਼ਾਂ ਨੂੰ ਜਿਹੜਾ ਨਾ ਅਵੋਇਡ ਬਣਾਇਆ ਜਾਵੇ। ਦੇਖੋ ਇਹ ਤਾਂ ਆਪਣਾ ਸਾਰਿਆਂ ਦੀ ਫਰਜ਼ ਬਣਦਾ,
ਜੇ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਵੀ ਦੇਖੀਏ ਇਹ ਕਿਸੇ ਇੱਕ ਪਰਿਵਾਰ ਨੂੰ ਜਾ ਕੇ ਦੇਖੂਗਾ ਵੀ ਤੂੰ ਆ ਇਕੱਲਾ ਇਸ ਨੂੰ ਤੰਗ ਕਰੋ, ਇਹ ਤਾਂ ਸਾਡੇ ਸਾਰਿਆਂ ਵਾਸਤੇ ਨੁਕਸਾਨ ਹੈ ਕਿ ਇਹ ਸਾਨੂੰ ਛੱਡ ਕੇ ਉਹਨਾਂ ਨੂੰ ਪੁੱਛੋ ਜਿਹੜੇ ਸਾਹ ਦਮਾਂ ਜਾਂ ਕਿਡਨੀ ਤੋਂ ਪੀੜਿਤ ਨੇ ਉਹਨਾਂ ਨੂੰ ਜਾ ਕੇ ਜੇ ਆਪਾਂ ਦੇਖੀਏ ਉਹ ਤਾਂ ਇਹਦੇ ਨਾਲ ਬਾਹਰ ਨਹੀਂ ਨਿਕਲ ਸਕਦੇ। ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਜ਼ਿੰਮੇਵਾਰੀ ਚੱਕਣੀ ਪੈਣੀ ਆ, ਔਰ ਜ਼ਿੰਮੇਵਾਰੀ ਨਾਲ ਜਿਹੜਾ ਸਾਨੂੰ ਇਹ ਆਪਣੇ ਆਪਣੇ ਬੱਚਿਆਂ ਪ੍ਰਤੀ ਆਪਣੇ ਸੂਬੇ ਪ੍ਰਤੀ ਆਪਾਂ ਨੂੰ ਜਿਹੜਾ ਹੈਗਾ ਧਿਆਨ ਰੱਖਣਾ ਪੈਣਾ। ਰਕੇਸ਼ ਕੈਦ ਨੇ ਬਿਆਨ ਦਿੱਤਾ ਵੀ ਦੁਬਾਰਾ ਜਿਹੜਾ 1984 ਵਾਲਾ ਮਾਹੌਲ ਨਾ ਬਣਾਇਆ ਜਾਵੇ, ਮੈਂ ਅੰਮ੍ਰਿਤਪਾਲ ਨੇ ਅੱਜ ਅੰਮ੍ਰਿਤਸਰ ਦੇ ਵਿੱਚ ਕੱਟ ਕੀਤਾ ਸੀਗਾ, ਕਿੱਦਾਂ ਗੱਲ ਕਰਦੇ ਸੀ? ਨਹੀਂ ਮੈਂ ਉਹ ਦੇਖਿਆ ਨਹੀਂ ਹੈ, ਮੈਂ ਅੱਜ ਸਾਰਾ ਦਿਨ ਬਿਜ਼ੀ ਸੀ ਫੀਲਡ 'ਚ ਦੀ, ਸੋ ਇਸ ਕਰਕੇ ਮੇਰਾ ਉੱਧਰ ਦੇਖ ਨਹੀਂ ਹੋਇਆ ਉਹਨੇ ਕੀ ਕਿਹਾ। ਕਿਸ ਤਰ੍ਹਾਂ ਦਾ ਵੀ ਉਹ ਖਾਲਿਸਤਾਨੀ ਪੱਕੇ ਕਰ ਰਹੇ ਨੇ, ਖਾਲਿਸਤਾਨ ਦੇ ਅੱਜ ਕਾਫੀ ਕੱਟ ਕੀਤਾ ਗਿਆ ਉੱਥੇ, ਖਾਲਿਸਤਾਨ ਬਣਨਾ ਚਾਹੀਦਾ ਲਗਾਤਾਰ, ਮਤਲਬ ਇੰਟਰਵਿਊ ਆ ਰਹੇ ਨੇ। ਨਹੀਂ ਮੈਨੂੰ ਛੱਡੋ, ਤੁਸੀਂ ਦੱਸੋ ਤੁਸੀਂ ਚਾਹੁੰਦੇ ਹੋ, ਤੁਸੀਂ ਆਪ ਹੀ ਦੱਸੋ, ਇਹ ਪੰਜਾਬ ਦੀ ਆਵਾਮ ਚਾਹੁੰਦੀ ਹੈ? ਸੋ ਲੋਕਾਂ ਨੇ ਉਹ ਕਰਨਾ, ਇਹ ਤਾਂ ਲੋਕਾਂ ਦੇ ਹੱਥ 'ਚ ਹੈ ਸਾਰਾ ਕੁਛ, ਕਿਸੇ ਦੇ ਹੱਥ 'ਚ ਨਹੀਂ ਹੈ, ਲੋਕਾਂ ਦੇ ਹੱਥ 'ਚ ਹੈ। ਲੋਕ ਕੀ ਚਾਹੁੰਦੇ ਨੇ ਲੋਕਾਂ ਨੇ ਕਰਨਾ ਸਾਰਾ। ਹੁਣ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਜੇ ਸਰਕਾਰ ਬਣਾਈ ਹੈ, ਲੋਕਾਂ ਨੇ ਬਣਾਈ, ਸੋ ਇਸ ਕਰਕੇ ਲੋਕਾਂ ਦੇ ਹੱਥ 'ਚ ਹੈ। ਸੋ ਲੋਕ ਜੇ ਨਹੀਂ ਚਾਹੁੰਦੇ ਤਾਂ ਨਹੀਂ ਹੋਣਾ ਜੀ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਹੈ ਜਿਹੜਾ ਇਕੱਠਾ ਹੋ ਕੇ ਅੱਗੇ ਵਧੇ, ਸਾਡੇ ਬੱਚੇ ਨੌਜਵਾਨਾਂ ਵਾਸਤੇ ਅਸੀਂ ਕੁਛ ਕਰੀਏ। ਸੋ ਇਹ ਇੱਥੇ ਸਾਨੂੰ ਬਹੁਤ ਕੁਛ ਕਰਨਾ। ਨਸ਼ਾ ਜੇ ਤੱਕਰ ਉਸੇ ਤਰ੍ਹਾਂ ਜਾ ਰਹੀ ਹੈ, ਕੁੜੀਆਂ ਵੀ ਨਸ਼ਾ ਕਰ ਰਹੀਆਂ, ਇਹ ਲੱਗਦਾ ਵੀ ਕਿਸ ਤਰ੍ਹਾਂ ਨੱਥ ਪੈਸਾ। ਦੇਖੋ ਪਿਛਲੀਆਂ ਸਰਕਾਰਾਂ ਨੇ ਜਿਹੜੀਆਂ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ, ਹੁਣ ਅਸੀਂ ਪੂਰੀ ਸਖਤਾਈ ਨਾਲ ਕੰਮ ਕਰਨ ਲੱਗੇ ਹੋਏ ਹਾਂ। ਸੋ ਉਸ ਕਰਕੇ ਬਹੁਤਾ ਜਿਹੜਾ ਸਿਕੰਜਾ ਕਸਾ ਉਹਦੇ ਕਰਕੇ ਹੁਣ ਪਤਾ ਲੱਗ ਰਿਹਾ ਵੀ ਕੌਣ ਕੌਣ ਨਸ਼ਾ ਕਰਦਾ, ਕਿਉਂਕਿ ਪਿੱਛੇ ਆਮ ਸੀ, ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਸੀ ਕੌਣ ਨਸ਼ਾ ਕਰਦਾ ਕੌਣ ਨਹੀਂ ਕਰਦਾ। ਹੁਣ ਜਦੋਂ ਕੋਈ ਉਹਦੀ ਸ਼ੋਰਟ ਜੀ ਇੰਨੀ ਆ ਤਾਂ ਪਤਾ ਲੱਗਦਾ, ਜਦੋਂ ਕੋਈ ਕੋਈ ਉਰੇ ਡਿੱਗਿਆ ਕੋਈ ਉੱਥੇ ਡਿੱਗਿਆ ਤਾਂ ਪਤਾ ਲੱਗਦਾ ਕਿ ਨਸ਼ੇ ਦਾ ਲੱਖ ਤੋੜਿਆ। ਜੇਲ੍ਹਾਂ ਤੱਕ ਵੀ ਜਿਹੜਾ ਨਸ਼ਾ ਪਹੁੰਚ ਗਿਆ, ਜੇਲ੍ਹਾਂ ਦੇ ਵਿੱਚੋਂ ਜਿਹੜਾ ਹੁਣ ਤਾਂ ਚਿੱਟਾ ਬਰਾਮਦ ਹੋ ਰਿਹਾ, ਕਿੱਦਾਂ ਦੇਖਦੇ? ਪਹਿਲੀ ਸਰਕਾਰ ਹੈ ਜਿਹਦੇ ਪਹਿਲਾ ਮੰਤਰੀ ਹੈ ਜਿਹਨੇ ਜੇਲ੍ਹਾਂ ਦੇ ਵਿੱਚ 2800 ਮੋਬਾਈਲ ਫੜਿਆ। ਸੋ ਸਾਡਾ ਹਰ ਇੱਕ MLA ਹਰ ਇੱਕ ਮੰਤਰੀ ਇਮਾਨਦਾਰੀ ਨਾਲ ਲੱਗਿਆ ਹੋਇਆ ਔਰ ਪੰਜਾਬ ਦੇ ਲੋਕਾਂ ਪ੍ਰਤੀ ਪੂਰਾ ਜਵਾਬਦੇਹ ਹੈ ਔਰ ਉਹ ਕੰਮ ਇਮਾਨਦਾਰੀ ਨਾਲ ਸਾਰੇ ਕਰ ਰਹੇ। ਧੰਨਵਾਦ ਜੀ। ਬਬਲੀ ਨਾਭਾ ਜੀ ਜਿਹੜੇ ਕਿ ਪ੍ਰੈਜੀਡੈਂਟ ਨੇ ਮਾਲਵਾ ਕੈਨਲ ਕਲੱਬ ਨਾਭਾ, ਜਿਹਦੇ ਵਿੱਚ ਕੁੱਤਿਆਂ ਦੀਆਂ ਦੌੜਾਂ ਹੁੰਦੀਆਂ ਨੇ, ਖੇਡਾਂ ਹੁੰਦੀਆਂ ਨੇ, ਅਤੇ ਨਾਭਾ ਦੇ ਵਿੱਚ ਕਰਵਾਇਆ ਜਾ ਰਿਹਾ, ਜਿਹਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚੋਂ ਅਲੱਗ ਅਲੱਗ ਸਟੇਟਾਂ ਦੇ ਵਿੱਚੋਂ ਬੜੇ ਪਿਆਰੇ ਪਿਆਰੇ ਡੌਗ ਜਿਹੜੇ ਨੇ ਇੱਥੇ ਆਏ ਨੇ ਔਰ ਦੇਖਦਿਆਂ ਹੀ ਮਾਹੌਲ ਬਣਦਾ ਜੀ, ਬਹੁਤ ਕਮਾਲ ਦਾ ਮਾਹੌਲ ਹੈ, ਬੜਾ ਅੱਛਾ ਲੱਗ ਰਿਹਾ ਜੀ। ਔਰ ਨਾਭਾ ਦੇ ਵਿੱਚ ਖਾਸ ਕਰਕੇ ਸਰਕਾਰੀ ਰਵਦਮਨ ਕਾਲਜ ਦੇ ਵਿੱਚ ਇਹ ਜਿਹੜਾ ਪ੍ਰੋਗਰਾਮ ਦਾ ਆਯੋਜਿਤ ਹੋਇਆ, ਮੈਂ ਸਮੁੱਚੀ ਕਮੇਟੀ ਨੂੰ ਵਧਾਈ ਦਿੰਦਾ। ਹਾਂ ਬਿਲਕੁਲ, ਇੱਕ ਮੈਂ ਦੇਖਿਆ ਜੀ ਤਕਰੀਬਨ 1.5 ਕਰੋੜ ਰੁਪਏ ਦੇ ਆਸ ਪਾਸ ਉਹਦੀ ਕੀਮਤ ਆਈ ਔਰ 25,000 50,000 ਲੱਖ ਦੇ ਤਾਂ ਆਮ ਹੀ ਡੌਗ ਨੇ ਜੀ। ਸੋ ਮਹਿੰਗਾ ਸ਼ੌਕ ਹੈ ਜੀ, ਔਰ ਜਿਹੜਾ ਵੀ ਸ਼ੌਕ ਰੱਖਦਾ ਇਹ ਮਹਿੰਗਾ ਸ਼ੌਕ ਆ, ਔਰ ਸ਼ੌਕ ਰੱਖਣ ਵਾਲੇ ਰੱਖ ਸਕਦੇ, ਆਮ ਬੰਦੇ ਦੇ ਬਸ ਦਾ ਕੰਮ ਨਹੀਂ। ਮਾਲਵਾ ਕੈਨਲ ਕਲੱਬ ਵੱਲੋਂ ਜਿਹੜਾ ਇਹ ਬਹੁਤ ਵਧੀਆ ਉਪਰਾਲਾ ਕਰਾਇਆ ਜਾ ਰਿਹਾ ਅਤੇ ਸਲਾਂਘਾ ਜੋ ਕਦਮਾਂ, ਕਿਉਂਕਿ ਇਕੱਲੇ ਪੰਜਾਬ 'ਚੋਂ ਨਹੀਂ ਬਾਹਰਲੇ ਰਾਜਾਂ ਦੇ ਵਿੱਚੋਂ ਵੀ ਜਿਹੜੇ ਇੱਥੇ ਡੋਗੀ ਆਏ ਹੋਏ ਨੇ, ਅਤੇ ਜਿੱਥੇ ਆਮ ਖੇਡਾਂ ਹੁੰਦੀਆਂ ਨੇ ਉੱਥੇ ਇਹ ਵੀ ਜਿਹੜਾ ਸ਼ੋਅ ਆ ਬਹੁਤ ਵਧੀਆ, ਅਤੇ ਲੋਕਾਂ ਦੇ ਵਿੱਚ ਵੀ ਉਤਸ਼ਾਹ ਨਾਭੇ ਦੇ ਵਿੱਚ ਜਿਹੜਾ ਬਹੁਤ ਵੱਡਾ ਇਹ ਹਰ ਸਾਲ ਜਿਹੜਾ ਪ੍ਰੋਗਰਾਮ ਕਰਾਇਆ ਜਾਂਦਾ, ਅਤੇ ਮੈਂ ਇਹਦੇ ਪ੍ਰਧਾਨ ਕਬੱਡੀ ਖਿਡਾਰੀ ਨੇ ਜਿਹੜੇ ਬਬਲੀ ਨਾਭਾ ਜੀ ਅਤੇ ਸਮੁੱਚੀ ਪ੍ਰਬੰਧਕ ਵੀਰਾਂ ਨੂੰ ਇਹਦਾ ਮੁਬਾਰਕਬਾਦ ਦਿੰਦਾ ਅਤੇ ਸਲਾਘਾ ਵੀ ਕਰਦਾ ਹਾਂ ਕਿ ਇਹੋ ਜਿਹੇ ਪ੍ਰੋਗਰਾਮ ਜਿਹੜੇ ਹੋਣੇ ਚਾਹੀਦੇ ਜ਼ਰੂਰੀ। ਉੱਪਰ ਹੈ ਜੀ SHO ਸਾਹਿਬ, ਬਹੁਤ ਵਧੀਆ ਫੀਲ ਹੋ ਰਿਹਾ ਜੀ, ਸੈਕਿੰਡ ਟਾਈਮ ਸ਼ੋਅ ਕੀਤਾ ਜੀ ਆਪਾਂ।
ਆਪਣੀ ਬਰੀਡ ਚੋਂ ਕਲਚਰ ਤੋਂ ਸਾਰੇ ਤੋਂ ਬੈਸਟ ਲੱਗਿਆ ਇਹ ਬੱਚਾ ਇਹਦਾ। ਸਰ ਬਹੁਤ ਅੱਛਾ ਲੱਗ ਰਿਹਾ, ਅੱਛਾ ਕਰਾਊਡ ਹੈ, ਅੱਛੇ ਸਪੈਸੀਫਨ ਆਏ ਹੋਏ ਨੇ ਖੇਡਣ ਲਈ, ਅਤੇ ਜਜਿਸ ਦੀ ਜਜਿੰਗ ਬੜੀ ਅੱਛੀ ਹੈ ਜੀ, ਪੂਰੇ ਇੱਕ ਇੱਕ ਪੁਆਇੰਟ ਨੂੰ ਚੈੱਕ ਕਰਕੇ ਉਹ ਵਧੀਆ ਢੰਗ ਨਾਲ ਜੱਜ ਕਰ ਰਹੇ ਨੇ। ਸਾਡੀ ਹਲੇ ਕਹਿ ਲਓ ਕਿ ਗਰੁੱਪ ਦੇ ਲਈ ਇਹਨੇ ਜਾਣਾ, ਆਪਣੀ ਕਲਾਸ 'ਚੋਂ ਫਸਟ ਆਇਆ ਜੀ, ਹਲੇ ਗਰੁੱਪ ਲਈ ਜਾਏਗਾ ਜੀ, ਉਹ ਤੋਂ ਬਾਅਦ ਫਿਰ ਲਾਈਨਅਪ ਲਈ। ਕਿੰਨੀ ਕੁ ਮਿਹਨਤ ਕਰਨੀ ਪੈਂਦੀ, ਕਿਹੜੀ ਬਰੀਡ ਹੈ? ਸਰ ਮਿਹਨਤ ਤਾਂ ਦੇਖੋ ਕੋਈ ਵੀ ਕੰਮ ਹੈ, ਚਾਹੇ ਡੋਗ ਹੈ, ਤੁਹਾਨੂੰ ਬੱਚਿਆਂ ਵਾਂਗ ਹੀ ਰੱਖਣਾ ਪਏਗਾ ਜੀ। ਮਿਹਨਤ ਕਹਿ ਲਓ ਜਾਂ ਸ਼ੌਕ ਕਹਿ ਲਓ, ਹੁਣ ਤੁਹਾਡੇ 'ਤੇ ਡਿਪੈਂਡ ਆ ਵੀ ਉਹਨੂੰ ਐਜ਼ ਏ ਮਿਹਨਤ ਲੈਂਦੇ ਹੋ ਜਾਂ ਐਜ਼ ਏ ਸ਼ੌਕ ਲੈਂਦੇ ਹੋ। ਜਾਨਵਰ ਜ਼ਿਆਦਾ ਵਫ਼ਾਦਾਰ ਨੇ ਜਿਹੜੇ ਆਦਮੀਆਂ ਨਾਲ? ਸਰ ਇੱਕ ਗੱਲ ਮੈਂ ਬਹੁਤ ਕਹਿੰਦਾ ਹੁੰਦਾ ਵੀ ਬਲੱਡ ਲਾਈਨ ਮੈਟਰ, ਬਲੱਡ ਲਾਈਨ ਬੜੀ ਮੈਟਰ ਕਰਦੀ ਹੈ, ਉਹ ਡੋਗਸ 'ਚ ਵੀ ਇਨਸਾਨਾਂ 'ਚ ਵੀ ਬਲੱਡ ਲਾਈਨ ਮੈਟਰ ਕਰਦੀ ਹੈ।